ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਦੀ ਇਸ ਵੀਡੀਓ ਵਿੱਚ ਇਸ਼ਤਿਹਾਰ ਨੰਬਰ 7/2021 ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਸੁਪਰਵਾਈਜ਼ਰ ਦੀਆਂ 112 ਅਸਾਮੀਆਂ ਜੋ ਕੇਵਲ ਇਸਤਰੀਆਂ ਵਾਸਤੇ ਉਸਦਾ ਵਿਗਿਆਪਨ ਕੱਢਿਆ ਗਿਆ ਹੈ, ਤੋ ਇਸ ਵੀਡੀਓ ਵਿੱਚ ਅਸੀਂ ਉਸਦੀ ਪੂਰੀ ਡਿਟੇਲ, ਉਸਦੀ ਕੁਆਲੀਫਿਕੇਸ਼ਨ, ਉਸਦਾ ਔਨਲਾਈਨ ਪ੍ਰੋਸੈਸ, ਸਾਰੇ ਪੁਆਇੰਟ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਤੋ ਫਰੈਂਡਸ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਬੈੱਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ, ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਤੋ ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ। ਤੋ ਇਸ ਦਾ ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ ਅੱਜ ਦੀ ਹੈ ਜੀ 12 ਜੂਨ 2021, ਔਰ ਔਨਲਾਈਨ ਅਪਲਾਈ ਵੀ ਤੁਸੀਂ 12 ਜੂਨ 2021 ਅੱਜ ਤੋਂ ਸਟਾਰਟ ਕਰ ਸਕਦੇ ਹੋ, ਔਰ ਇਸਦੀ ਆਖਰੀ ਮਿਤੀ ਹੈ ਫੋਰਮ ਸਬਮਿਟ ਕਰਨ ਦੀ 5 ਜੁਲਾਈ 2021, ਅਤੇ ਫੀਸ ਭਰਨ ਦੀ ਆਖਰੀ ਮਿਤੀ ਹੈਗੀ ਜੀ 7 ਜੁਲਾਈ 2021। ਤੋ ਨੈਕਸਟ ਹੈ ਕਿ ਡਾਇਰੈਕਟੋਰੇਟ ਆਫ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਪੰਜਾਬ ਚੰਡੀਗੜ੍ਹ ਤੋਂ ਪ੍ਰਾਪਤ ਹੋਏ ਗਰੁੱਪ ਸੀ ਦੇ ਮੰਗ ਪੱਤਰ ਅਸਾਮੀਆਂ ਦਾ ਵਰਗੀਕਰਨ ਅਤੇ ਵਿਭਾਗੀ ਨਿਯਮਾਂ ਅਨੁਸਾਰ ਸੁਪਰਵਾਈਜ਼ਰ ਦੀਆਂ 112 ਅਸਾਮੀਆਂ ਜੋ ਕੇਵਲ ਇਸਤਰੀਆਂ ਲਈ ਹਨ ਸਿੱਧੀ ਭਰਤੀ ਸੰਬੰਧੀ ਬੋਰਡ ਦੀ ਵੈਬਸਾਈਟ 'ਤੇ ssb.punjab.gov.in 'ਤੇ ਯੋਗ ਉਮੀਦਵਾਰ ਵੱਲੋਂ 12/6/2021 ਤੋਂ ਲੈ ਕੇ 5 ਜੁਲਾਈ 2021 ਸ਼ਾਮ 5 ਵਜੇ ਤੱਕ ਔਨਲਾਈਨ ਅਰਜ਼ੀਆਂ ਜਾਂ ਬਿਨੈ ਪੱਤਰ ਦੀ ਮੰਗ ਕੀਤੀ ਜਾਂਦੀ ਹੈ। ਨੈਕਸਟ ਹੈ ਅਸਾਮੀਆਂ ਲਈ ਅਪਲਾਈ ਕਰਨ ਸੰਬੰਧੀ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ, ਐਜੂਕੇਸ਼ਨ ਕੁਆਲੀਫਿਕੇਸ਼ਨ, ਪੋਸਟ ਦਾ ਨਾਂ ਹੈਗਾ ਜੀ ਸੁਪਰਵਾਈਜ਼ਰ, ਪੋਸਟ ਦਾ ਨਾਂ ਹੈ, ਤਾਂ ਇਸਦੀ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ, ਵਿੱਦਿਅਕ ਯੋਗਤਾ, ਉਹ ਹੈਗੀ ਜੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਤੋਂ ਜਾਂ ਇੰਸਟੀਟਿਊਸ਼ਨ ਤੋਂ, ਔਰ ਕੋਈ ਇੱਕ ਸਬਜੈਕਟ ਜਿਵੇਂ ਕਿ ਹੋਮ ਸਾਇੰਸ, ਨਿਊਟ੍ਰੀਸ਼ਨ, ਚਾਈਲਡ ਡਿਵੈਲਪਮੈਂਟ, ਸਾਈਕੋਲੋਜੀ, ਇਕਨੋਮਿਕਸ, ਸੋਸ਼ਲ ਵਰਕਰ ਔਰ ਸੋਸ਼ੋਲੋਜੀ ਦੇ ਵਿੱਚ ਕੋਈ ਇੱਕ ਸਬਜੈਕਟ ਗ੍ਰੈਜੂਏਸ਼ਨ ਦੇ ਵਿੱਚ ਪੜ੍ਹਿਆ ਹੋਣਾ ਚਾਹੀਦਾ। ਸੈਕਿੰਡ ਇਸਦਾ ਪੁਆਇੰਟ ਹੈ ਕਿ ਜਾਂ ਗ੍ਰੈਜੂਏਟ ਕੈਂਡੀਡੇਟ ਹੋਏ ਐਂਡ ਸ਼ੁੱਡ ਹੈਵ 3 ਈਅਰ ਐਕਸਪੀਰੀਅੰਸ, ਉਸਦਾ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਵਾਲ ਸੇਵਕ ਔਰ ਗ੍ਰਾਮ ਸੇਵਕ ਜਾਂ ਆਂਗਨਵਾੜੀ ਵਰਕਰ ਦੇ ਵਿੱਚ ਉਸਦਾ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਔਰ ਮੈਟ੍ਰਿਕ ਪੱਧਰ ਤੱਕ ਜਿਹੜੀ ਪੰਜਾਬੀ ਹੈ ਉਹ ਪਾਸ ਹੋਣੀ ਚਾਹੀਦੀ ਹੈ। ਨੈਕਸਟ ਇਸਦਾ ਜੀ ਤਨਖਾਹ ਸਕੇਲ ਹੈ, ਔਰ ਇਸਦਾ ਜੋ ਪੇ ਸਕੇਲ ਹੈ ਉਹ ਹੈਗਾ ਜੀ 29,200 ਰੁਪਏ ਇਸਦਾ ਪੇ ਸਕੇਲ ਹੈ। ਉਸ ਤੋਂ ਬਾਅਦ ਹੈ ਅਸਾਮੀਆਂ ਦਾ ਵਰਗੀਕਰਨ, ਔਰ ਜਨਰਲ ਕੈਟਾਗਰੀ ਦੀ ਜੋ ਅਸਾਮੀਆਂ ਹੈਗੀਆਂ ਜੀ 44 ਹੈ, EWS ਇਕਨੋਮਿਕਲ ਵਹੀਕਲ ਸੈਕਸ਼ਨ ਦੀਆਂ 11 ਹੈਗੀਆਂ, SC MNB ਦੀਆਂ 14 ਹੈ, SC R&O ਦੀਆਂ 13 ਹੈ, BC ਦੀਆਂ 8 ਹੈ, ESM ਜਨਰਲ ਦੀਆਂ 5 ਹੈ, ESM SC MNB ਦੀ 1 ਹੈ, ਔਰ ESM BC ਦੀ 1 ਹੈ, ਸਪੋਰਟਸ ਜਨਰਲ ਦੀ 4 ਹੈ, ਸਪੋਰਟਸ SC MNB ਦੀ 1 ਹੈ, ਫਿਜ਼ੀਕਲ ਹੈਂਡੀਕੈਪ ਦੀਆਂ 3 ਹੈ, ਉਸ ਫਿਜ਼ੀਕਲ ਹੈਂਡੀਕੈਪਡ ਹੇਅਰਿੰਗ ਇੰਪੇਅਰਡ ਦੀਆਂ 2 ਹੈ, ਫਰੀਡਮ ਫਾਈਟਰ ਦੀਆਂ 4 ਅਸਾਮੀਆਂ, 5 ਅਸਾਮੀਆਂ। ਤੋ ਟੋਟਲ ਅਸਾਮੀਆਂ ਬਣ ਗਈਆਂ ਸਾਡੇ ਕੋਲ ਜੀ 112 ਅਸਾਮੀਆਂ ਟੋਟਲ ਜੀ 112। ਨੈਕਸਟ ਹੈ ਉਮਰ ਸੀਮਾ, ਤੋ ਇਸ ਦੇ ਵਿੱਚ ਜੋ ਜਨਰਲ ਸ਼੍ਰੇਣੀ ਦੇ ਉਮੀਦਵਾਰ ਹੈ ਉਹਨਾਂ ਦੀ ਉਮਰ 18 ਸਾਲ ਤੋਂ ਲੈ ਕੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ, ਔਰ ਜੋ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦੇ ਵਸਨੀਕ ਜੋ ਪੰਜਾਬ ਦੇ ਉਮੀਦਵਾਰ ਹੈ ਉਹਨਾਂ ਦੀ ਵੱਧ ਤੋਂ ਵੱਧ ਉਮਰ ਜਿਹੜੀ ਹੈ 42 ਸਾਲ, ਯਾਨੀ ਕਿ 42 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀ ਲਈ ਉਮਰ ਦੀ ਉੱਪਰਲੀ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ 45 ਸਾਲ ਹੋਵੇਗੀ। ਉਸ ਤੋਂ ਬਾਅਦ ਹੈ ਇਸਦੇ ਜੀ ਫੀਸ ਦਾ ਵੇਰਵਾ, ਜਨਰਲ ਕੈਟਾਗਰੀ ਫਰੀਡਮ ਫਾਈਟਰ ਅਤੇ ਸਪੋਰਟਸ 1,000 ਰੁਪਏ ਹੈ,
SCBC ਤੇ EWS ਇਹਨਾਂ ਦੀ ਫੀਸ ਹੈਗੀ 250 ਰੁਪਏ। ਸਾਬਕਾ ਫੌਜੀ ਅਤੇ ਐਕਸ ਸਰਵਿਸਮੈਨ ਐਂਡ ਡਿਪੈਂਡੈਂਟ ਦੀ ਫੀਸ ਹੈਗੀ 200 ਰੁਪਏ ਐਂਡ ਫਿਜ਼ੀਕਲ ਹੈਂਡੀਕੈਪਡ ਦੀ ਫੀਸ ਹੈਗੀ ਜੀ 500 ਰੁਪਏ। ਨੈਕਸਟ ਇਸ ਦਾ ਜੀ ਚੋਣ ਵਿਧੀ, ਔਰ ਜਿਸ ਦੇ ਵਿੱਚ ਇੱਕ ਓਬਜੈਕਟਿਵ ਟਾਈਪ ਮਲਟੀਪਲ ਚੋਇਸ ਕੁਸ਼ਚਨ MCQ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ, ਔਰ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਸਾਂਝੀ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ, ਔਰ ਲਿਖਤੀ ਪ੍ਰੀਖਿਆ ਵਿੱਚੋਂ ਘੱਟੋ ਘੱਟ 40% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਤੋ ਲਿਖਤੀ ਪ੍ਰੀਖਿਆ ਵਿੱਚੋਂ 40% ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਅਯੋਗ ਜਾਂ ਫੇਲ ਕਰਾਰ ਦਿੰਦੇ ਹੋਏ ਉਪਰੋਕਤ ਅਸਾਮੀਆਂ ਲਈ ਚੋਣ ਵਾਸਤੇ ਕਿਸੇ ਵੀ ਸਥਿਤੀ ਦੇ ਵਿੱਚ ਵਿਚਾਰਿਆ ਨਹੀਂ ਜਾਵੇਗਾ। ਨੈਕਸਟ ਹੈ ਕਿ ਹਰ ਪੱਖੋਂ ਮੁਕੰਮਲ ਔਨਲਾਈਨ ਪ੍ਰਤੀ ਬੇਨਤੀਆਂ ਪ੍ਰਾਪਤ ਹੋਣ ਤੋਂ ਬਾਅਦ ਉਮੀਦਵਾਰ ਨੂੰ ਲਿਖਤੀ ਪ੍ਰੀਖਿਆ ਲਈ ਬੋਰਡ ਦੀ ਵੈਬਸਾਈਟ 'ਤੇ ਹੀ ਔਨਲਾਈਨ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਲਿਖਤੀ ਪ੍ਰੀਖਿਆ ਦਾ ਸੰਭਾਵਿਤ ਸਿਲੇਬਸ ਅਤੇ ਪੈਟਰਨ ਬਾਅਦ ਵਿੱਚ ਬੋਰਡ ਦੀ ਵੈਬਸਾਈਟ 'ਤੇ ਅਪਲੋਡ ਕੀਤਾ ਜਾਏਗਾ। ਇਸ ਸੰਬੰਧੀ ਉਮੀਦਵਾਰ ਬੋਰਡ ਦੀ ਵੈਬਸਾਈਟ ਚੈੱਕ ਕਰਦੇ ਰਹਿਣ ਅਤੇ ਓਬਜੈਕਟਿਵ ਟਾਈਪ ਲਿਖਤੀ ਪ੍ਰੀਖਿਆ ਸੰਬੰਧੀ ਹਰ ਤਰ੍ਹਾਂ ਦੀ ਜੋ ਜਾਣਕਾਰੀ ਜਿਵੇਂ ਕਿ ਪ੍ਰੀਖਿਆ ਦੀ ਮਿਤੀ, ਪ੍ਰੀਖਿਆ ਦਾ ਕੇਂਦਰ ਆਦਿ ਸਿਰਫ ਬੋਰਡ ਦੀ ਵੈਬਸਾਈਟ 'ਤੇ ਹੀ ਅਪਲੋਡ ਕੀਤੇ ਜਾਣਗੇ। ਇਸ ਕਰਕੇ ਉਮੀਦਵਾਰਾਂ ਵੱਲੋਂ ਲੇਟੈਸਟ ਅਪਡੇਟਸ ਲਈ ਬੋਰਡ ਦੀ ਵੈਬਸਾਈਟ 'ਤੇ ਲਾਜ਼ਮੀ ਤੌਰ 'ਤੇ ਚੈੱਕ ਕਰਦੇ ਰਹਿਣਾ ਹੋਏਗਾ। ਕਿਸੇ ਵੀ ਉਮੀਦਵਾਰ ਨਾਲ ਵਿਅਕਤੀਗਤ ਤੌਰ 'ਤੇ ਪੱਤਰ ਵਿਵਹਾਰ ਨਹੀਂ ਕੀਤਾ ਜਾਵੇਗਾ। ਨੈਕਸਟ ਹੈ ਅਪਲਾਈ ਕਰਨ ਦੀ ਵਿਧੀ ਹੈ। ਤੁਸੀਂ ਬੋਰਡ ਦੀ ਵੈਬਸਾਈਟ 'ਤੇ ssb.punjab.gov 'ਤੇ ਲਿੰਕ ਕਲਿੱਕ ਕਰਕੇ ਮਿਤੀ 12/6 ਤੋਂ ਲੈ ਕੇ 5 ਜੁਲਾਈ ਤੱਕ ਸ਼ਾਮ 5 ਵਜੇ ਤੱਕ ਔਨਲਾਈਨ ਅਪਲਾਈ ਕਰ ਸਕਦੇ ਹੋ। ਇਸ ਵੀਡੀਓ ਦੀ ਡਿਸਕ੍ਰਿਪਸ਼ਨ ਲਿਸਟ ਵਿੱਚ ਤੁਹਾਨੂੰ ਇਸ ਵੈਬਸਾਈਟ ਦਾ ਲਿੰਕ ਜਿਹੜਾ ਮਿਲ ਜਾਏਗਾ, ਉਹ ਤੁਸੀਂ ਲਿੰਕ ਓਪਨ ਕਰਕੇ ਡਾਇਰੈਕਟ ਜਿਹੜਾ ਫੋਰਮ ਜਿਹੜਾ ਅਪਲਾਈ ਕਰ ਸਕਦੇ ਹੋ। ਸਭ ਤੋਂ ਪਹਿਲਾਂ ਕੈਂਡੀਡੇਟ ਨਿਊ ਕੈਂਡੀਡੇਟ ਰਜਿਸਟ੍ਰੇਸ਼ਨ 'ਤੇ ਕਲਿੱਕ ਕਰਨਗੇ, ਉਸ ਤੋਂ ਬਾਅਦ ਧਿਆਨਪੂਰਵਕ ਪੜ੍ਹਦੇ ਹੋਏ ਨਿੱਜੀ ਡਿਟੇਲ ਭਰ ਕੇ ਸੇਵ ਕਰਨਗੇ, ਜਿਸ ਨਾਲ ਯੂਜ਼ਰ ਨੇਮ ਅਤੇ ਪਾਸਵਰਡ ਜਨਰੇਟ ਹੋ ਜਾਵੇਗਾ ਅਤੇ ਉਮੀਦਵਾਰ ਨੂੰ ਉਸ ਵੱਲੋਂ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ਰਾਹੀਂ ਪ੍ਰਾਪਤ ਹੋਵੇਗਾ। ਇਸ ਉਪਰੰਤ ਉਮੀਦਵਾਰ ਵੱਲੋਂ ਯੂਜ਼ਰ ਨੇਮ ਪਾਸਵਰਡ ਭਰ ਕੇ ਲੌਗਇਨ ਕਰਨਾ ਹੋਵੇਗਾ, ਔਰ ਲੌਗਇਨ ਕਰਨ ਉਪਰੰਤ ਹਦਾਇਤਾਂ ਨੂੰ ਪੜ੍ਹਦੇ ਹੋਏ ਉਮੀਦਵਾਰ ਵੱਲੋਂ ਐਪਲੀਕੇਸ਼ਨ 'ਤੇ ਕਲਿੱਕ ਕਰਨ ਉਪਰੰਤ ਬੇਸਿਕ ਇਨਫੋਰਮੇਸ਼ਨ ਭਰੀ ਜਾਏਗੀ ਅਤੇ ਆਪਣੀ ਪਾਸਪੋਰਟ ਸਾਈਜ਼ ਫੋਟੋਗ੍ਰਾਫ ਹਸਤਾਖਤ ਅਪਲੋਡ ਕਰਕੇ ਸੇਵ ਕੀਤਾ ਜਾਵੇ ਅਤੇ ਉਸ ਉਪਰੰਤ ਅਕੈਡਮਿਕ ਇਨਫੋਰਮੇਸ਼ਨ ਵਿੱਚ ਲੋੜੀਂਦੀ ਵਿੱਦਿਅਕ ਯੋਗਤਾ ਜਿਵੇਂ ਕਿ ਮੈਟ੍ਰਿਕ, 10ਵੀਂ ਦਾ ਜਨਮ ਮਿਤੀ ਵਾਲਾ ਸਰਟੀਫਿਕੇਟ, 12ਵੀਂ ਦਾ ਸਰਟੀਫਿਕੇਟ ਅਤੇ ਉਪਰੋਕਤ ਅਸਾਮੀ ਲਈ ਨਿਰਧਾਰਿਤ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਦਾ ਵਿੱਦਿਅਕ ਯੋਗਤਾ ਦਾ ਸਰਟੀਫਿਕੇਟ ਸਕੈਨ ਕਰਕੇ ਅਪਲੋਡ ਕਰਨਗੇ। ਇਹਨਾਂ ਦਸਤਾਵੇਜ਼ਾਂ ਦੇ ਅਪਲੋਡ ਹੋਣ ਉਪਰੰਤ ਔਨਲਾਈਨ ਫੋਰਮ ਸਬਮਿਟ ਕਰਨ ਤੋਂ ਪਹਿਲਾਂ ਉਮੀਦਵਾਰ ਕਿਸੇ ਵੀ ਤਰ੍ਹਾਂ ਦੀ ਸੋਧ ਮੋਬਾਈਲ ਨੰਬਰ ਅਤੇ ਈਮੇਲ ID ਨੂੰ ਛੱਡ ਕੇ ਕਰ ਸਕਦੇ ਹਨ। ਇੱਕ ਵਾਰ ਔਨਲਾਈਨ ਫੋਰਮ ਸਬਮਿਟ ਹੋ ਜਾਣ ਉਪਰੰਤ ਉਮੀਦਵਾਰ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਤਬਦੀਲੀ ਨਹੀਂ ਕਰ ਸਕੇਗਾ। ਫੀਸ ਭਰਨ ਦੇ ਲਈ ਉਮੀਦਵਾਰ ਲੌਗਇਨ ਕਰਨ ਉਪਰੰਤ ਐਪਲੀਕੇਸ਼ਨ 'ਤੇ ਕਲਿੱਕ ਮੇਕ ਪੇਮੈਂਟ 'ਤੇ ਕਲਿੱਕ ਕਰਨਗੇ ਜਾਂ ਡਾਊਨਲੋਡ ਐਪਲੀਕੇਸ਼ਨ ਫੋਰਮ ਕਲਿੱਕ ਕਰਨਗੇ। ਇਸ ਉਪਰੰਤ ਲਿੰਕ ਆਏਗਾ ਪੇ ਫੀ 'ਤੇ, ਔਰ ਪੇ ਫੀ 'ਤੇ ਲਿੰਕ ਹੋਵੇਗਾ ਤਾਂ ਉਸ ਦੇ ਨਾਲ ਹੀ ਤੁਹਾਡੇ ਕੋਲ ਬੈਂਕ ਦਾ ਲਿੰਕ ਮਿਲ ਜਾਏਗਾ, ਜਿਸ ਦੇ ਵਿੱਚ ਤੁਸੀਂ ਐਪਲੀਕੇਸ਼ਨ ਦਾ ਨੰਬਰ ਫਿਲ ਕਰੋਗੇ ਔਰ ਯੂਜ਼ਰ ਨੇਮ ਅਤੇ ਪਾਸਵਰਡ ਦੇ ਤੌਰ 'ਤੇ ਤੁਹਾਡੀ ਜਨਮ ਮਿਤੀ ਹੋਵੇਗੀ, ਔਰ ਇਸ ਫਾਰਮੈਟ ਵਿੱਚ ਤੁਸੀਂ ਫਿਲ ਕਰਕੇ ਆਪਣੀ ਜਿਹੜੀ ਫੀਸ ਜਿਹੜੀ ਹੈ ਸਬਮਿਟ ਕਰਵਾ ਸਕਦੇ ਹੋ। ਉਮੀਦਵਾਰ ਔਨਲਾਈਨ ਐਪਲੀਕੇਸ਼ਨ ਸਬਮਿਟ ਜਮ੍ਹਾਂ ਹੋਣ ਦੀ ਮਿਤੀ ਤੋਂ ਬਾਅਦ 1 ਦਿਨ ਛੱਡ ਕੇ ਅਗਲੀ ਮਿਤੀ ਤੋਂ ਫੀਸ ਅਦਾ ਕਰਨ ਦੀ ਆਖਰੀ ਮਿਤੀ 7 ਜੁਲਾਈ 2021 ਹੈ, ਔਰ ਉਸ ਵਿੱਚ ਜਿਹੜੀ ਫੀਸ ਹੈ ਤੁਸੀਂ ਨੈੱਟ ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਰੁਪਿਆ ਕਾਰਡ, ਫੋਨਪੇ, ਗੂਗਲ ਪੇ, ਪੇਟੀਐਮ ਜਾਂ ਕਿਸੇ ਵੀ ਕਾਰਜ ਵਾਲੇ ਦਿਨ ਸਟੇਟ ਬੈਂਕ ਆਫ ਇੰਡੀਆ ਦੀ ਕਿਸੇ ਵੀ ਸ਼ਾਖਾ ਦੇ ਵਿੱਚ ਬੈਂਕ ਚਲਾਨ ਰਾਹੀਂ ਵੀ ਫੀਸ ਜਿਹੜੀ ਹੈ ਜਮ੍ਹਾਂ ਕਰਵਾ ਸਕਦੇ ਹੋ।
नेक्स्ट पॉइंट है कि जेकर उम्मीदवार वालों ऑनलाइन फॉर्म भरन समय कोई गलती हो जाती है तो सिर्फ एप्लीकेशन फॉर्म ऑनलाइन सबमिट करने तो पहला ही उस पास फॉर्म विच सोध करन दा मौका होवेगा। उम्मीदवार द्वारा एक बार ऑनलाइन एप्लीकेशन फॉर्म सबमिट करन उपरांत किसी भी हालत विच किसी भी तरह की सोध नहीं की जा सकेगी अते ना ही भविख विच सोध करन संबंधी उम्मीदवार की कोई प्रतिबिनती मंग दफ्तर वालों स्वीकार की जाएगी। जो तुसी फॉर्म सबमिट करना सब तो पहला उन्हों बहुत ही ध्यान दे नाल उसकी इंस्ट्रक्शन नू रीड करके और फिर तुसी अपना जिहड़ा फॉर्म है वह सबमिट करना है, क्योंकि एक बार अगर फॉर्म सबमिट हो गया तो उस तो बाद इस नू एडिट नहीं किया जा सकता। नेक्स्ट इंपोर्टेंट पॉइंट है कि उम्मीदवार नू जो करार देन या पात्रता रद्द करन दीयां शर्तां किस कारण जिहड़ी तुहाडी पात्रता रद्द हो सकती है। पहला कारण है कि पूरी फीस प्राप्त ना होण जां निर्धारित विधि अनुसार फीस जमा ना कराउण ते तुहाडी पात्रता जिहड़ी है रद्द हो सकती है, कैंसल हो सकती है। बिने पत्र विच अधूरी जां गलत सूचना भरन दे कारण भी तुहाडी पात्रता जिहड़ी रद्द हो सकती है। ऑनलाइन बिने करन दी पूरी प्रक्रिया मुकम्मल ना करना, अधीन सेवावां चोण बोर्ड जां किसी होर संस्था वालों अयोग करार दिता होना, लोड़ी विद्यक योग्यता उम्र राखवा करन जा भर्ती दियाँ होर शर्तां पूरियां ना होना। ऑनलाइन विनय करन दी प्रक्रिया दी थां ते किसी होर प्रक्रिया राही विनय करना, लिखती प्रीख्या विचों 40% अंकों तो घट अंक प्राप्त करने वाले उम्मीदवार नूं अयोग जां फेल करार दिंदे होए उपरोक्त असामियां लई चोन वास्ते विचारिया नहीं जाएगा। तकनीकी कारणा करके ऑनलाइन फीस दा जमा ना होना भी थोड़ी जिहड़ी पात्रता वो रद्द हो सकती है। तुहानू फॉर्म फिल करन च कोई भी अगर दिक्कत आती है तो तुसी कमेंट सैक्शन च कमेंट कर सकते हो। तो फ्रेंड्स, अगर तुहानू वीडियो अच्छी लगी है वीडियो लाइक और शेयर जरूर करना। अगर तुसी चैनल दे नवे हो तो चैनल नू सबसक्राइब करना। धन्यवाद। जय हिंद।